ਸੋ ਵੀਰੋ ਆਪਾਂ ਪੰਜਾਬ ਵਾਸਤੇ ਕੁਛ ਕਰਨਾ, ਆਪਾਂ ਇਹੋ ਜਿਹੇ 45 ਡਿਗਰੀ ਟੈਂਪਰੇਚਰ 'ਚ ਨਹੀਂ ਨਿਕਲ ਸਕਦੇ ਵੀਰੋ। ਇਹ ਇੰਨੇ ਇਹੋ ਜਿਹੇ ਟੈਂਪਰੇਚਰ 'ਚ ਘੰਟਾ ਆ ਜੇ ਸੁਖਬੀਰ, ਮੈਂ ਸ਼ਰਤ ਲਾਉਂਦਾ 1 ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ ਤੇ ਕੱਦੂਆਂ ਨਾਲ ਮਾਲਿਸ਼ ਕਰਨੀ ਪਊ ਪੈਰਾਂ ਦੀਆਂ ਤਲੀਆਂ ਦੀ। ਹਾਂ, ਘਿਓ ਝੱਸਣਾ ਪਊ, ਫੇਰ ਕਿਤੇ ਸੁਰਤ ਆਊ। ਇੰਨੀ ਧੁੱਪ 'ਚ ਕਿਤੋਂ ਨਿਕਲੇ ਨੇ ਇੰਨੀ ਧੁੱਪ 'ਚ ਯਾਰ? ਨਾ 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 ਨਾ, ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ। ਸੋ ਵੀਰੋ ਅਸੀਂ ਆਪਾਂ ਆਮ ਆ, ਆਪਾਂ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਯਾਰ। ਆ ਕਿੱਡੀ ਕੁ ਗਰਮੀ ਹੈ, ਕਿਹੜੀ ਗਰਮੀ ਹੈ ਇਹ? ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ, ਓਏ 2 ਇੰਚ ਨਾਲੇ ਸਲੈਂਸਰ ਦੇ ਮੂਹਰੇ ਮੱਛਰਦਾਨੀ ਲਾ ਕੇ ਸੌਣ ਵਾਲੇ ਆਪਾਂ। ਸਾਡੀ ਰੀਸ ਕਰ ਦੇਣਗੇ ਇਹ? ਤੁਹਾਡੇ ਨਾਲ ਆ, ਤੁਹਾਡੇ ਵਰਗੇ ਆ, ਅਸੀਂ ਖੜਾਂਗੇ। ਐਤਕੀ ਐਤਕੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ, ਬਸ ਫਿਰ ਆਪਸ ਚ ਗੱਲਾਂ ਕਰਿਆ ਕਰਨਗੇ 5 ਜੂਨ ਤੋਂ ਬਾਅਦ। ਉਹ ਕਹਿੰਦਾ ਗੁਰੂ ਤੂੰ ਹਾਰ ਗਿਆ, ਉਹ ਕਹਿੰਦਾ ਤੂੰ ਕਿਹੜਾ ਜਿੱਤ ਗਈ। ਸੋ ਵੀਰੋ ਆਪਾਂ ਪੰਜਾਬ ਵਾਸਤੇ ਕੁਛ ਕਰਨਾ, ਆਪਾਂ ਇਹੋ ਜਿਹੇ 45 ਡਿਗਰੀ ਟੈਂਪਰੇਚਰ 'ਚ ਨਹੀਂ ਨਿਕਲ ਸਕਦੇ ਵੀਰੋ। ਇਹ ਇੰਨੇ ਇਹੋ ਜਿਹੇ ਟੈਂਪਰੇਚਰ 'ਚ ਘੰਟਾ ਆ ਜੇ ਸੁਖਬੀਰ, ਮੈਂ ਸ਼ਰਤ ਲਾਉਂਦਾ 1 ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ ਤੇ ਕੱਦੂਆਂ ਨਾਲ ਮਾਲਿਸ਼ ਕਰਨੀ ਪਊ ਪੈਰਾਂ ਦੀਆਂ ਤਲੀਆਂ ਦੀ। ਹਾਂ, ਘਿਓ ਝੱਸਣਾ ਪਊ, ਫੇਰ ਕਿਤੇ ਸੁਰਤ ਆਊ। ਇੰਨੀ ਧੁੱਪ 'ਚ ਕਿਤੋਂ ਨਿਕਲੇ ਨੇ ਇੰਨੀ ਧੁੱਪ 'ਚ ਯਾਰ? ਨਾ 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 ਨਾ, ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ। ਸੋ ਵੀਰੋ ਅਸੀਂ ਆਪਾਂ ਆਮ ਆ, ਆਪਾਂ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਯਾਰ। ਆ ਕਿੱਡੀ ਕੁ ਗਰਮੀ ਹੈ, ਕਿਹੜੀ ਗਰਮੀ ਹੈ ਇਹ? ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ, ਓਏ 2 ਇੰਚ ਨਾਲੇ ਸਲੈਂਸਰ ਦੇ ਮੂਹਰੇ ਮੱਛਰਦਾਨੀ ਲਾ ਕੇ ਸੌਣ ਵਾਲੇ ਆਪਾਂ। ਸਾਡੀ ਰੀਸ ਕਰ ਦੇਣਗੇ ਇਹ? ਤੁਹਾਡੇ ਨਾਲ ਆ, ਤੁਹਾਡੇ ਵਰਗੇ ਆ, ਅਸੀਂ ਖੜਾਂਗੇ। ਐਤਕੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ, ਬਸ ਫਿਰ ਆਪਸ ਚ ਗੱਲਾਂ ਕਰਿਆ ਕਰਨਗੇ 5 ਜੂਨ ਤੋਂ ਬਾਅਦ। ਉਹ ਕਹਿੰਦਾ ਗੁਰੂ ਤੂੰ ਹਾਰ ਗਿਆ, ਉਹ ਕਹਿੰਦਾ ਤੂੰ ਕਿਹੜਾ ਜਿੱਤ ਗਈ। ਸੋ ਵੀਰੋ ਆਪਾਂ ਪੰਜਾਬ ਵਾਸਤੇ ਕੁਛ ਕਰਨਾ, ਆਪਾਂ ਇਹੋ ਜਿਹੇ 45 ਡਿਗਰੀ ਟੈਂਪਰੇਚਰ 'ਚ ਨਹੀਂ ਨਿਕਲ ਸਕਦੇ ਵੀਰੋ। ਇਹ ਇੰਨੇ ਇਹੋ ਜਿਹੇ ਟੈਂਪਰੇਚਰ 'ਚ ਘੰਟਾ ਆ ਜੇ ਸੁਖਬੀਰ, ਮੈਂ ਸ਼ਰਤ ਲਾਉਂਦਾ 1 ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ ਤੇ ਕੱਦੂਆਂ ਨਾਲ ਮਾਲਿਸ਼ ਕਰਨੀ ਪਊ ਪੈਰਾਂ ਦੀਆਂ ਤਲੀਆਂ ਦੀ। ਹਾਂ, ਘਿਓ ਝੱਸਣਾ ਪਊ, ਫੇਰ ਕਿਤੇ ਸੁਰਤ ਆਊ। ਇੰਨੀ ਧੁੱਪ 'ਚ ਕਿਤੋਂ ਨਿਕਲੇ ਨੇ ਇੰਨੀ ਧੁੱਪ 'ਚ ਯਾਰ? ਨਾ 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 ਨਾ, ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ। ਸੋ ਵੀਰੋ ਅਸੀਂ ਆਪਾਂ ਆਮ ਆ, ਆਪਾਂ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਯਾਰ। ਆ ਕਿੱਡੀ ਕੁ ਗਰਮੀ ਹੈ, ਕਿਹੜੀ ਗਰਮੀ ਹੈ ਇਹ? ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ, ਓਏ 2 ਇੰਚ ਨਾਲੇ ਸਲੈਂਸਰ ਦੇ ਮੂਹਰੇ ਮੱਛਰਦਾਨੀ ਲਾ ਕੇ ਸੌਣ ਵਾਲੇ ਆਪਾਂ। ਸਾਡੀ ਰੀਸ ਕਰ ਦੇਣਗੇ ਇਹ? ਤੁਹਾਡੇ ਨਾਲ ਆ, ਤੁਹਾਡੇ ਵਰਗੇ ਆ, ਅਸੀਂ ਖੜਾਂਗੇ। ਐਤਕੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ,
ਬਸ ਫਿਰ ਆਪਸ ਚ ਗੱਲਾਂ ਕਰਿਆ ਕਰਨਗੇ 5 ਜੂਨ ਤੋਂ ਬਾਅਦ। ਉਹ ਕਹਿੰਦਾ ਗੁਰੂ ਤੂੰ ਹਾਰ ਗਿਆ, ਉਹ ਕਹਿੰਦਾ ਤੂੰ ਕਿਹੜਾ ਜਿੱਤ ਗਈ।